ਗਵਾਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਦੇਸ਼ ਅੰਦਰ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਸਿੱਧੇ ਤੌਰ 'ਤੇ ਕਈ ਵਾਰ ਮੂੰਹ ਤੋਂ ਖਾਣ ਤੋਂ ਬਾਅਦ ਗਵਾਂਢੀ ਦੇਸ਼ ਪਾਕਿਸਤਾਨ ਦੇਸ਼ ਅੰਦਰ ਅਰਾਜਕਤਾ ਫੈਲਾਉਣ ਲਈ ਵੱਖ ਵੱਖ ਤਰੀਕੇ ਅਤੇ ਢੰਗ ਅਪਣਾਉਂਦਾ ਰਹਿੰਦਾ ਹੈ, ਪਰ ਭਾਰਤ ਦੇਸ਼ ਦੀਆਂ ਬਾਰਡਰ ਸਿਕਿਉਰਿਟੀ ਫੋਰਸ, ਆਰਮੀ, ਪੰਜਾਬ ਪੁਲਿਸ ਅਤੇ ਵੱਖ ਵੱਖ ਏਜੰਸੀਆਂ ਵੱਲੋਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ, ਪਰ ਫਿਰ ਵੀ ਗਵਾਂਢੀ ਦੇਸ਼ ਆਪਣੀਆਂ ਨਾਪਾਕ ਇਰਾਦਿਆਂ ਤੋਂ ਬਾਜ ਨਹੀਂ ਆਉਂਦਾ। ਅਜਿਹਾ ਹੀ ਇੱਕ ਮਾਮਲਾ ਬੀਤੀ ਦੇਰ ਰਾਤ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਵਸੇ ਸ਼ਹਿਰ ਜ਼ਿਲ੍ਹਾ ਫਾਜ਼ਿਲਕਾ ਦੇ ਅਧੀਨ ਪੈਂਦੇ BOP ਟਾਹਲੀਵਾਲਾ, ਜਲਾਲਾਬਾਦ ਦੇ ਅਧੀਨ ਪੈਂਦੇ BOP ਟਾਹਲੀਵਾਲਾ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਬੀਤੀ ਦੇਰ ਰਾਤ BSF ਅਤੇ ਪੰਜਾਬ ਪੁਲਿਸ ਨੇ ਇਕੱਠੇ ਤੌਰ 'ਤੇ ਓਪਰੇਸ਼ਨ ਦੇ ਵਿੱਚ ਗੁਆਂਢੀ ਦੇਸ਼ ਤੋਂ ਆਇਆ ਡਰੋਨ ਅਤੇ 2 ਕਿਲੋ ਤੋਂ ਵੱਧ ਮਾਤਰਾ ਵਿੱਚ ਆਈ ਨਸ਼ੇ ਦੀ ਖੇਪ ਹੈਰੋਇਨ ਬਰਾਮਦ ਕੀਤੀ, ਜੋ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ। ਵੀ ਗੁਆਂਢੀ ਦੇਸ਼ ਆਪਣੀਆਂ ਨਾਪਾਕ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ, ਪਰ ਦੇਸ਼ ਦੀਆਂ ਫੌਜਾਂ, ਆਰਮੀਆਂ, ਏਜੰਸੀਆਂ, BSF ਅਤੇ ਪੰਜਾਬ ਪੁਲਿਸ ਵੱਲੋਂ ਵੀ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ, ਤਾਂ ਜੋ ਦੇਸ਼ ਵਿੱਚ ਅਮਨ ਅਮਾਨ ਅਤੇ ਕਾਨੂੰਨ ਵਿਵਸਥਾ ਕਾਇਮ ਰਹੇ। ਇਹ BSF ਅਤੇ ਪੰਜਾਬ ਪੁਲਿਸ ਵੱਲੋਂ ਇਕੱਠੇ ਤੌਰ 'ਤੇ ਓਪਰੇਸ਼ਨ ਚਲਾਇਆ ਗਿਆ ਅਤੇ ਇਹ ਗੁਆਂਢੀ ਦੇਸ਼ ਦੀ ਨਾਪਾਕ ਕੋਸ਼ਿਸ਼ ਨੂੰ ਫਿਰ ਨਿਸ਼ਚੇ ਨਬੂਤ ਕੀਤਾ ਗਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ DSP ਪੰਜਾਬ ਪੁਲਿਸ ਸ਼੍ਰੀ AR ਸ਼ਰਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਗੁਆਂਢੀ ਦੇਸ਼ ਵੱਲੋਂ ਲਗਾਤਾਰ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਪਰ ਪੰਜਾਬ ਪੁਲਿਸ ਅਤੇ BSF ਇਕੱਠੇ ਤੌਰ 'ਤੇ ਮਿਲ ਕੇ ਇਹ ਕੋਸ਼ਿਸ਼ਾਂ ਨੂੰ ਨਪਾਉਣ ਇਰਾਦਿਆਂ ਨੂੰ ਨਾਕਾਮ ਕਰ ਦਿੰਦੀ ਹੈ, ਤਾਂ ਜੋ ਅਮਨ ਅਮਾਨ ਅਤੇ ਕਾਨੂੰਨ ਬਣਿਆ ਰਹੇ। ਇਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕਿੰਨੀ ਵੈਲਿਊ ਹੈ ਅਤੇ ਇਹ ਕੀ ਹੈ, ਇਸ ਨੂੰ ਕਿਵੇਂ ਬਰਾਮਦ ਕੀਤਾ, ਇਹ ਸਭ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਵੇਖੋ। ਇਹ ਟਾਹਲੀਵਾਲਾ ਆਪਣਾ ਚੌਂਕੀ ਪੈਂਦੀ BOP, ਉਸਦੇ ਏਰੀਏ 'ਚ ਇਹ ਡਰੋਨ ਦੀ ਮੂਵਮੈਂਟ ਹੋਈ ਸੀ। ਉੱਥੋਂ ਡਰੋਨ ਰਾਹੀਂ ਇਹ ਹੈਰੋਇਨ ਦੇ 3 ਪੈਕਟ ਆਏ ਨੇ, ਅਤੇ ਜਿਨ੍ਹਾਂ ਦਾ ਵਜ਼ਨ ਹੈ 2 ਕਿਲੋ 580 ਗ੍ਰਾਮ। ਅਤੇ ਇਹ ਰਾਤ ਅਸੀਂ ਫਿਰ ਜੁਆਇੰਟ ਆਪਰੇਸ਼ਨ ਸੀ ਸਾਡਾ BSF ਦਾ ਅਤੇ ਫਾਜ਼ਿਲਕਾ ਪੁਲਿਸ ਦਾ, ਅਤੇ ਉਹਦੇ ਤਹਿਤ ਇਹ ਰਿਕਵਰੀ ਕੀਤੀ ਹੈ। ਅਤੇ ਫਿਲਹਾਲ ਇਹ ਅਨਨੋਨ ਹੈ, ਜਲਦੀ ਹੀ ਇਹਦੀ FIR ਦਰਜ ਕਰਕੇ ਮੁਜਰਮਾਂ ਨੂੰ ਸਲਾਖਾਂ ਪਿੱਛੇ ਕਰ ਦਿੱਤਾ ਜਾਏਗਾ। ਦੇਖੋ, ਕਾਰਵਾਈ ਹੁੰਦੀ ਹੈ ਤਾਂ ਅਸੀਂ ਪਿੱਛੇ ਜੇ ਕੇਸ ਵੀ ਰਜਿਸਟਰ ਕੀਤਾ, ਇੱਕ ਬੰਦੇ ਵੀ ਫੜੇ ਨੇ, ਅਤੇ ਇਹ ਵੀ ਅਸੀਂ, ਸਾਨੂੰ ਉਮੀਦ ਹੈ ਵੀ ਇਹ ਪਬਲਿਕ ਦੇ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਕਾਬੂ ਕਰ ਲਾਂਗੇ। ਨਹੀਂ, ਹਜੇ ਫਿਲਹਾਲ ਕੋਈ ਕਲੇਮ ਨਹੀਂ ਮਿਲਿਆ ਆਪਾਂ ਨੂੰ। ਜਦੋਂ ਵੀ FIR ਲੌਂਚ ਕਰਕੇ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ, ਅਤੇ ਜਲਦੀ ਅਸੀਂ ਇਹਨਾਂ ਨੂੰ ਮੁਜਰਮਾਂ ਨੂੰ ਕਾਬੂ ਕਰ ਲਾਂਗੇ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਂ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।